ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੀਸ ਬੰਨੂ ਖਬਰਾਂ 'ਤੇ ਕਰਾਂਗੇ ਗੱਲਬਾਤ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸਾਨੂਜੇ ਤੋਂ ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਤੋਂ ਸਤਨਾਮ ਸਿੰਘ ਗਿੱਲ ਅਤੇ ਪਰਿਵਾਰ ਸਲਮਾ ਤੋਂ ਇਸ਼ਾਨਜੀਤ ਸਿੰਘ ਕਲੋਟੀ ਅਤੇ ਪਰਿਵਾਰ ਚੂਬਾ ਸਿਟੀ ਤੋਂ ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜੋ ਆਟੋ ਹੋਮ ਲਾਈਫ ਹੈਲਥ ਟੈਕਸੀ ਟਰੱਕ ਹੋਟਲ ਮੋਟਲ ਫਾਰਮ ਵਰਕਰਸ ਕੰਮ ਅਤੇ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ ਅਤੇ ਹੁਣ ਆਪਾਂ ਜੀ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਅਤੇ ਬਲਤੇਜ ਪੰਨੂ ਜੀ ਸਭ ਤੋਂ ਪਹਿਲੀ ਖਬਰ ਤਾਂ ਆਪਾਂ ਕਰਦੇ ਹਾਂ ਜਿਹੜਾ ਜਾਟ ਅੰਦੋਲਨ ਹੋਇਆ ਸੀਗਾ ਉਸ ਵੇਲੇ ਜਿਹੜਾ ਨੁਕਸਾਨ ਹੋਇਆ ਸੀਗਾ ਉਸ ਵੇਲੇ ਦੇ ਜਿਹੜੇ ਜਾਟ ਅੰਦੋਲਨ ਦੇ ਲੀਡਰ ਸੀ ਉਹਨਾਂ ਨੂੰ ਚਿੱਠੀਆਂ ਗਈਆਂ ਬਿਲਕੁਲ ਜੀ ਇਹ ਹਰਿਆਣੇ ਦੀ ਸਰਕਾਰ ਨੇ ਸੂਬੇ ਦੇ ਵਿੱਚ 8 ਮਹੀਨੇ ਪਹਿਲਾਂ ਹੋਏ ਹਿੰਸਕ ਜਾਟ ਅੰਦੋਲਨ ਜਿਹੜਾ ਸੀਗਾ ਜੀ ਇਹਦੇ ਆਗੂਆਂ ਨੂੰ ਹੁਣ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਿਹੜੀ ਨੁਕਸਾਨ ਦੀ ਵਸੂਲੀ ਆ ਉਹਦੀ ਤਿਆਰੀ ਜਿਹੜੀ ਆ ਜੀ ਉਹ ਆਰੰਭੀ ਆ ਅਸਲ ਦੇ ਵਿੱਚ ਇਹਦਾ ਮੇਨ ਜਿਹੜਾ ਕਾਰਨ ਹੈ ਉਹ ਅਦਾਲਤ ਦਾ ਸ਼ਿਕੰਜਾ ਹੈ ਅਦਾਲਤ ਦਾ ਜਿਹੜਾ ਸ਼ਿਕੰਜਾ ਉਹ ਇੰਨਾ ਜਿਹੜਾ ਜੀ ਤੁਸੀਂ ਕਹਿ ਲਓ ਸਖ਼ਤ ਹੈ ਕਿ ਹਰਿਆਣੇ ਦੀ ਸਰਕਾਰ ਜਿਹੜੀ ਕੁਛ ਨਾ ਕੁਛ ਦੱਸਣਾ ਚਾਹੁੰਦੀ ਹੈ ਅਦਾਲਤ ਨੂੰ ਕਿ ਅਸੀਂ ਦੇਖੋ ਕੀ ਕੁਛ ਜਿਹੜਾ ਜੀ ਉਹ ਕਰ ਰਹੇ ਹਾਂ ਨੋਟਿਸ ਦੇ ਰਾਹੀਂ ਸਾਰੀਆਂ ਸੰਬੰਧਿਤ ਧਿਰਾਂ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਦੇ ਵੇਰਵੇ ਦੇਣ ਦੇ ਵਾਸਤੇ ਕਿਹਾ ਗਿਆ ਇਹ ਨੋਟਿਸ ਅੰਦੋਲਨ ਦੀ ਅਗਵਾਈ ਕਰਨ ਵਾਲੀ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਆਗੂ ਅਤੇ ਜਿਹੜੇ ਬਾਕੀ ਹੋਰ ਮੋਹਰੀ ਸੀਗੇ ਉਹਨਾਂ ਨੂੰ ਜਾਰੀ ਕੀਤੇ ਗਏ ਨੇ ਇਸ ਤਰ੍ਹਾਂ ਦੇ ਅੰਦੋਲਨਾਂ ਕਰਕੇ ਹੋਣ ਵਾਲੇ ਨੁਕਸਾਨ ਦੀ ਵਸੂਲੀ ਜਿਹੜੀ ਆ ਜੀ ਅੰਦੋਲਨਕਾਰੀਆਂ ਤੋਂ ਕੀਤੇ ਜਾਣ ਸੰਬੰਧੀ ਸੁਪਰੀਮ ਕੋਰਟ ਦੇ ਵੱਲੋਂ ਜਾਰੀ ਜਿਹੜੀਆਂ ਸੇਧਾਂ ਬਾਰੇ ਸੰਬੰਧਿਤ ਧਿਰਾਂ ਨੂੰ ਪਹਿਲਾਂ ਹੀ ਜਿਹੜਾ ਜੀ ਉਹ ਦੱਸਿਆ ਜਾ ਚੁੱਕਿਆ ਜਿਹੜੇ ਹਰਿਆਣੇ ਦੇ ਮੁੱਖ ਸਕੱਤਰ ਨੇ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਜਿਹੜਾ ਜੀ ਉਹ ਦਿੱਤਾ ਉਹਦੇ ਵਿੱਚ ਐਂਟੀ ਕਰਪਸ਼ਨ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਾਇਰ ਇੱਕ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਜਿਹੜਾ ਜੀ ਇਹ ਪੇਸ਼ ਕੀਤਾ ਗਿਆ ਔਰ ਇਸੇ ਕਰਕੇ ਜੀ ਕਿਉਂਕਿ ਅਦਾਲਤ ਨੂੰ ਉਹ ਕੁਛ ਦੱਸਣਾ ਚਾਹੁੰਦੇ ਕਿਉਂਕਿ ਚਾਚ ਫੇਰੇ ਤੋਂ ਫਸੀ ਪਈ ਹੈ ਜੀ ਹਰਿਆਣੇ ਦੀ ਸਰਕਾਰ ਇਸ ਮਸਲੇ ਦੇ ਉੱਤੇ ਜੀ ਵਕੀਲ ਜਿਹੜਾ ਸੀਗਾ ਇਸ ਮੌਕੇ ਦੇ ਉੱਤੇ ਉਹਨੇ ਬਹਿਸ ਕਰਨ ਅਤੇ ਅਦਾਲਤ ਨੂੰ ਅਗਲੀ ਕਾਰਵਾਈ ਦੇ ਵਾਸਤੇ ਜਾਣੂ ਜਿਹੜਾ ਜੀ ਉਹ ਕਰਵਾਇਆ ਔਰ 3 ਹਫ਼ਤਿਆਂ ਦਾ ਸਮਾਂ ਦੇਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਹੈ ਅਗਲੀ ਤਰੀਕ ਜਿਹੜੀ ਹੈ ਜੀ ਉਹ ਅੱਧ ਨਵੰਬਰ ਤੱਕ ਦੀ ਤੈਅ ਅਦਾਲਤ ਨੇ ਜਿਹੜੀ ਹੈ ਜੀ ਉਹ ਕੀਤੀ ਹੈ ਔਰ ਹਾਈ ਕੋਰਟ ਨੇ ਇਦੋਂ ਪਹਿਲਾਂ ਰਾਜ ਸਰਕਾਰ ਨੂੰ ਹੁਕਮ ਦਿੱਤੇ ਸੀਗੇ ਕਿ ਉਹ ਇੱਦਾਂ ਦੀਆਂ ਘਟਨਾਵਾਂ ਰੋਕਣ ਅਤੇ ਇਨਵੈਸਟੀਗੇਸ਼ਨ ਨੂੰ ਕਾਰਵਾਈ ਦੇ ਅਧਿਕਾਰ ਦੇਣ ਸੰਬੰਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਜਿਹੜਾ ਜੀ ਉਹ ਪਾਲਣ ਕਰੇ ਹਰਿਆਣੇ ਦੀ ਸਰਕਾਰ ਇਹ ਨਹੀਂ ਹੈ ਕਿ ਜਿਹੜੇ ਜਾਟ ਅੰਦੋਲਨਕਾਰੀ ਸੀਗੇ ਉਹਨਾਂ ਦੇ ਕੋਈ ਖਿਲਾਫ਼ ਹੋ ਗਈ ਆ ਇਹ ਅਸਲ ਦੇ ਵਿੱਚ ਉਹਦੇ ਵੱਲੋਂ ਇੱਕ ਆਪਣੀ ਸਕਿਨ ਜਿਹੜੀ ਹੈ ਜੀ ਉਹ ਸੇਵ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਵੱਖ ਵੱਖ ਮਾਮਲਿਆਂ ਦੇ ਵਿੱਚ ਪਹਿਲਾਂ ਤਾਂ ਉਹ ਮੁੱਕਰਦੀ ਰਹੀ ਕਿ ਉੱਥੇ ਹੋਇਆ ਹੀ ਕੱਖ ਨਹੀਂ ਜਿਹੜੀਆਂ ਤੁਹਾਨੂੰ ਯਾਦ ਹੋਣਾ ਢਾਬੇ ਵਾਲੇ ਜਿਹੜੇ ਸੀਗੇ ਜੀ ਉਹਨਾਂ ਦੇ ਮਾਲਕਾਂ ਦੀਆਂ ਵੀਡੀਓ ਚੱਲਦੀਆਂ ਰਹੀਆਂ ਕਿ ਇੱਥੇ ਤਾਂ ਕੁਛ ਵੀ ਨਹੀਂ ਹੋਇਆ ਹੌਲੀ ਹੌਲੀ ਐਸਾ ਕੁਛ ਸਾਰਾ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਲੋਕ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਜਿਹੜਾ ਜੀ ਉਹ ਡਰਦੇ ਨੇ ਕਿ ਉੱਥੋਂ ਦੀ ਲੰਘਣਾ ਹਰਿਆਣੇ ਦੇ ਵਿੱਚੋਂ ਹਾਈਵੇ ਦੇ ਉੱਤੋਂ ਦੀ ਲੰਘਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਉੱਥੋਂ ਲੰਘਦਿਆਂ ਉਹ ਚੀਜ਼ਾਂ ਜਿਹੜੀਆਂ ਅਜੇ ਵੀ ਸਾਹਮਣੇ ਆਉਂਦੀਆਂ ਨੇ ਜਿਹਦੇ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਸੀ ਉਹ ਬੜੀ ਸਖ਼ਤ ਰਹੀ ਔਰ ਉਹਨੇ ਇਸ ਸਖ਼ਤੀ ਦੇ ਨਾਲ ਹੀ ਸਾਰਾ ਕੁਛ ਜਿਹੜਾ ਸੀਗਾ ਜੀ ਉਹ ਸਾਹਮਣੇ ਲੈ ਆਉਂਦਾ ਕਿ ਉੱਥੇ ਕੀ ਕੁਛ ਹੋਇਆ ਸੀਗਾ ਹੁਣ ਆਪਣਾ ਬਚਾਓ ਕਰਨ ਦੇ ਵਾਸਤੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਜੀ ਆਹ ਜਿਹੜੀਆਂ ਟਪਲੀਆਂ ਉਹ ਮਾਰ ਰਹੀ ਹੈ ਜੀ ਨੋਟਿਸ ਅਸੀਂ ਜਾਰੀ ਕਰਤੇ ਨੇ ਉਹਨਾਂ ਤੋਂ ਚੱਲ ਅਚੱਲ ਜਾਇਦਾਦ ਦਾ ਵੇਰਵਾ ਲੈ ਲਿਆ ਕਿੰਨਾ ਕੁ ਕਢਵਾਇਆ ਜਾ ਸਕੇਗਾ ਇਹ ਸਿਰਫ ਔਰ ਸਿਰਫ ਲਮਕਾਉਣ ਦਾ ਲੰਮਾ ਜਿਹੜਾ ਜੀ ਉਹ ਕਰਨ ਦੇ ਤਰੀਕੇ ਜਿਹੜੇ ਉਹ ਲੱਭ ਰਹੇ ਨੇ ਬਿਲਕੁਲ ਜੀ ਭਾਰਤ ਵਿੱਚ ਤਾਂ ਬਿਲਕੁਲ ਆਸ ਨਹੀਂ ਕੀਤੀ ਜਾ ਸਕਦੀ ਇਹਨਾਂ ਗੱਲਾਂ ਦੀ ਅਤੇ ਅੱਗੇ ਆਪਾਂ ਕ੍ਰਿਕਟ ਬੋਰਡ ਦੀ ਗੱਲ ਕਰੀਏ ਉਹਨਾਂ ਸੁਪਰੀਮ ਕੋਰਟ ਨੇ ਉਹਨਾਂ 'ਤੇ ਸ਼ਿਕੰਜਾ ਕੱਸਿਆ ਐਕਚੁਲੀ ਜੀ ਸੁਪਰੀਮ ਕੋਰਟ ਵਾਹਵਾ ਦੁਆਲੇ ਹੋਇਆ ਹੋਇਆ ਬੀ ਸੀ ਸੀ ਆਈ ਦੇ ਜਿਹੜਾ ਕਿ ਭਾਰਤੀ ਕ੍ਰਿਕਟ ਬੋਰਡ ਹੈ ਇਹਦੇ ਉੱਤੇ ਹੋਰ ਸ਼ਿਕੰਜਾ ਜਿਹੜਾ ਜੀ ਉਹ ਕੱਸਦੇ ਆ ਜਿਹੜੀ ਸੂਬਿਆਂ ਦੀ ਕ੍ਰਿਕਟ ਐਸੋਸੀਏਸ਼ਨਾਂ ਨੂੰ ਫੰਡ ਜਾਰੀ ਕਰਨ ਦੇ ਉੱਤੇ ਉਦੋਂ ਤੱਕ ਰੋਕ ਲਾਤੀ ਆ ਜਦੋਂ ਤੱਕ ਕ੍ਰਿਕਟ ਬੋਰਡ ਦਾ ਪ੍ਰਧਾਨ ਅਨੁਰਾਗ ਠਾਕਰ ਅਤੇ ਐਸੋਸੀਏਸ਼ਨ ਜਿਹੜੀਆਂ ਜਸਟਿਸ ਲੋਢਾ ਕਮੇਟੀ ਦੀਆਂ ਸੁਧਾਰਵਾਦੀ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਰਾਜ਼ੀ ਨਹੀਂ ਹੁੰਦੀਆਂ ਜਿਹੜੀ ਸੁਪਰੀਮ ਕੋਰਟ ਹੈ ਜੀ ਉਹਨੇ ਦੁਨੀਆ ਦੇ ਵਿੱਚੋਂ ਸਭ ਤੋਂ ਅਮੀਰ ਕ੍ਰਿਕਟ ਬੋਰਡ ਭਾਰਤੀ ਕ੍ਰਿਕਟ ਬੋਰਡ ਦੀ ਆਮਦਨ ਅਤੇ ਖਰਚ ਦੀ ਸਮੀਖਿਆ ਅਤੇ ਆਡਿਟ ਵਾਸਤੇ ਸੁਤੰਤਰ ਆਡੀਟਰ ਨਿਯੁਕਤੀ ਕਰਨ ਦੇ ਵਾਸਤੇ
ਉੱਤੇ ਵੀ ਕਿਹਾ ਜੀ ਔਰ ਕੰਪਨੀਆਂ ਨਾਲ ਉੱਚੀਆਂ ਕੀਮਤਾਂ ਵਾਲੇ ਕਰਾਰਾਂ ਦੀ ਨਜ਼ਰਸਾਨੀ ਵੀ ਜਿਹੜੀ ਹੈ ਜੀ ਇਹਦੇ ਤਹਿਤ ਕੀਤੀ ਜਾਵੇ ਅਜਿਹੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਨੇ ਇਹ ਮਾਮਲਾ ਪਿਛਲੇ ਕਈ ਹਫ਼ਤਿਆਂ ਤੋਂ ਜਿਹੜਾ ਜੀ ਉਹ ਚੱਲ ਰਿਹਾ ਅਸਲ ਦੇ ਵਿੱਚ BCCI ਜਿਹਦੇ ਵਿੱਚ ਅਨੁਰਾਗ ਠਾਕਰ ਹੋਣਾ ਵਰਗੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਕਬਜ਼ਾ ਹੈ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ ਔਰ ਅਰਬਾਂ ਰੁਪਈਆ ਜਿਹੜਾ ਜੀ ਇਸ ਕ੍ਰਿਕਟ ਬੋਰਡ ਦੇ ਕੋਲ ਆ ਜਿਹੜੀਆਂ ਕੰਪਨੀਆਂ ਦੇ ਨਾਲ ਕਰਾਰ ਕੀਤੇ ਜਾਂਦੇ ਆ ਟੈਲੀਵਿਜ਼ਨ ਚੈਨਲਾਂ ਨੂੰ ਰਾਈਟ ਜਿਹੜੇ ਆ ਜੀ ਉਹ ਕ੍ਰਿਕਟ ਦੇ ਦਿੱਤੇ ਜਾਂਦੇ ਆ ਉਹਦੇ ਵਿੱਚ ਅੰਨਾ ਪੈਸਾ ਜਿਹੜਾ ਜੀ ਉਹ ਆਉਂਦਾ ਸੁਪਰੀਮ ਕੋਰਟ ਨੇ ਐਕਚੁਲੀ ਜਿਹੜੀ ਲੋਢਾ ਕਮੇਟੀ ਆ ਜਿਹੜੀ ਉਹ ਬਣਾਈ ਸੀਗੀ ਉਹਨੇ ਕੁਛ ਸਿਫਾਰਿਸ਼ਾਂ ਕੀਤੀਆਂ ਸੀ ਭਾਰਤੀ ਕ੍ਰਿਕਟ ਬੋਰਡ ਨੇ ਇਹ ਸਿਫਾਰਿਸ਼ਾਂ ਜਿਹੜੀਆਂ ਸੀਗੀਆਂ ਲਾਗੂ ਕਰਨ ਤੋਂ ਟਾਲਾ ਵੱਟੀ ਰੱਖਿਆ ਹੁਣ ਜਿਹੜੀ ਸੁਪਰੀਮ ਕੋਰਟ ਆ ਜੀ ਉਹ ਹੋ ਗਈ ਬਹੁਤ ਸਖ਼ਤ ਇਸ ਮਾਮਲੇ ਦੇ ਉੱਤੇ ਔਰ ਉਹਨੇ ਬਿਲਕੁਲ ਜਿਹੜੇ ਭੁਗਤਾਨ ਨੇ ਉਹ ਕੰਪਲੀਟਲੀ ਬੰਦ ਕਰ ਦਿੱਤੇ ਨੇ ਇੱਕ ਕਿਸਮ ਦੇ ਨਾਲ ਖਾਤੇ ਜਿਹੜੇ ਨੇ ਉਹ ਸੀਲ ਕਰਨ ਦੀ ਨੌਬਤ ਜਿਹੜੀ ਆ ਜੀ ਉਹ ਆ ਗਈ ਹੈ ਇੱਕ ਵਾਰੀ ਤਾਂ ਉਹ ਲੱਗਿਆ ਸੀਗਾ ਕਿ ਜਿਵੇਂ ਸੁਪਰੀਮ ਕੋਰਟ ਸਖ਼ਤ ਹੈ ਜਿਹੜਾ ਨਿਊਜ਼ੀਲੈਂਡ ਦਾ ਦੌਰਾ ਚੱਲ ਰਿਹਾ ਭਾਰਤ ਦੇ ਵਿੱਚ ਉਹ ਵੀ ਵਿੱਚੋਂ ਵਿੱਚ ਵਿਚਾਲੇ ਜਿਹੜਾ ਜੀ ਉਹ ਤੋੜਨ ਦੀ ਨੌਬਤ ਨਾ ਆਵੇ ਪਰ ਸੁਪਰੀਮ ਕੋਰਟ ਨੇ ਇੰਨਾ ਜਿਹੜਾ ਜੀ ਇਹ ਰੱਖਿਆ ਕਿ ਮੁਲਕ ਦਾ ਮਾੜਾ ਅਸਰ ਨਾ ਪਵੇ ਕਿ ਉਹ ਦੌਰਾ ਜਿਹੜਾ ਜੀ ਉਹ ਜਾਰੀ ਰੱਖੋ ਪਰ ਜਿਵੇਂ ਹੁਣ ਉਹਨੇ ਇਹ ਕਹਿਤਾ ਕਿ ਜਿਹੜੀਆਂ ਅੱਗੇ ਸੂਬਿਆਂ ਦੀਆਂ ਕ੍ਰਿਕਟ ਬੋਰਡ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਸਕਦਾ ਜਿੰਨੀ ਦੇਰ ਤੱਕ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਜਿਹੜੀਆਂ ਜੀ ਉਹ ਪ੍ਰਵਾਨ ਨਹੀਂ ਕਰਦਾ ਭਾਰਤੀ ਕ੍ਰਿਕਟ ਬੋਰਡ ਜੇ ਉਹ ਪ੍ਰਵਾਨ ਕਰਦਾ ਲੋਢਾ ਕਮੇਟੀ ਦੀਆਂ ਤਾਂ ਇਹਦੇ ਨਾਲ ਇਹ ਹੈ ਜੀ ਕਿ ਜਿਹੜੀਆਂ ਚੋਰ ਮੋਰੀਆਂ ਨੇ ਉਹ ਕਾਫੀ ਹੱਦ ਤੱਕ ਬੰਦ ਹੋਣ ਦੇ ਜਿਹੜਾ ਜੀ ਉਹ ਚਾਂਸ ਬਣ ਜਾਣਗੇ ਕਿ ਉਹਨਾਂ ਨੂੰ ਬੰਦ ਕੀਤਾ ਜਾ ਸਕੂਗਾ ਹੁਣ ਵੇਖਣਾ ਹੈ ਜੀ ਕਿ ਸੁਪਰੀਮ ਕੋਰਟ ਦੇ ਨਾਲ ਪੰਗਾ ਜਿਹੜਾ ਜੀ ਉਹ BCCI ਕਿੰਨੀ ਕੁ ਦੇਰ ਲੈਂਦਾ ਬਿਲਕੁਲ ਜੀ ਤੁਸੀਂ ਅਰਬਪਤੀਆਂ ਦੀ ਗੱਲ ਕੀਤੀ ਕਈ ਲੋਕ ਇਹਦੇ ਵਿੱਚ ਵੜ ਕੇ ਹੀ ਅਰਬਪਤੀ ਬਣ ਗਏ ਆ ਅਤੇ ਅੱਗੇ ਆਪਾਂ ਗੱਲ ਕਰਦੇ ਜੀ ਚੋਣ ਜ਼ਾਬਤੇ ਤੱਕ ਜਿਹੜੀਆਂ ਪੰਜਾਬ ਦੀਆਂ ਰੋਡਵੇਜ਼ ਦੀਆਂ ਬੱਸਾਂ ਆ ਉਹ ਜ਼ਿਲ੍ਹਾ ਜਥੇਦਾਰਾਂ ਦੇ ਜਿਹੜੇ ਜਥੇਦਾਰ ਆ ਜਿਹੜੇ ਇੰਚਾਰਜ ਆ ਉਹਨਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਜੀ ਪੰਜਾਬ ਰੋਡਵੇਜ਼ ਦੀਆਂ 117 ਬੱਸਾਂ ਨੇ ਜੀ ਅੱਜ ਤੋਂ ਇਹ ਆਪਣੇ ਮਿੱਥੇ ਰੂਟਾਂ ਦੇ ਉੱਤੇ ਨਹੀਂ ਚੱਲਣਗੀਆਂ ਔਰ ਇਹ ਪੰਜਾਬ ਭਰ ਦੇ 117 ਅਕਾਲੀ ਭਾਜਪਾ ਹਲਕਾ ਇੰਚਾਰਜਾਂ ਦੇ ਹਵਾਲੇ ਜਿਹੜੀਆਂ ਜੀ ਉਹ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗਣ ਤੱਕ ਇੱਦਾਂ ਜਿਹੜਾ ਜੀ ਇਹ ਚੱਲਦਾ ਰਹੂਗਾ ਇਹ ਬੱਸਾਂ ਜਿਹੜੀਆਂ ਨੇ ਹਲਕਾ ਇੰਚਾਰਜ ਜਿਹਦੇ ਪੈਰ 'ਚ ਲੱਲੇ ਦੇ ਪੈਰ 'ਚ ਬਿੰਦੀ ਪਾ ਕੇ ਹੈ ਜੀ ਉਹਨਾਂ ਦੇ ਹਵਾਲੇ ਜਿਹੜੀਆਂ ਜੀ ਉਹ ਰਹਿਣਗੀਆਂ ਇਹਦੀ ਵਰਤੋਂ ਜਿਹੜੀ ਹੈ ਜੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਚੁਣੇ ਗਏ 5 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਅਤੇ ਸਟੂਡੈਂਟ ਨੂੰ ਲਿਜਾਉਣ ਦੇ ਵਾਸਤੇ ਜਿਹੜੀ ਉਹ ਕੀਤੀ ਜਾਊਗੀ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਨੇ ਸਕੀਮ ਲਾਗੂ ਕਰਨ ਦੇ ਵਾਸਤੇ ਟਰਾਂਸਪੋਰਟ ਵਿਭਾਗ ਦੇ ਨਾਲ ਤਾਲਮੇਲ ਕੀਤਾ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਬੱਸਾਂ ਰਾਹੀਂ ਸ਼ਰਧਾਲੂਆਂ ਨੂੰ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਮਾਤਾ ਚਿੰਤਪੁਰਨੀ ਵੈਸ਼ਨੋ ਦੇਵੀ ਅਤੇ ਰਾਜਸਥਾਨ ਦੇ ਸਾਲਾਸਰ ਦਰਸ਼ਨਾਂ ਦੇ ਵਾਸਤੇ ਲਿਜਾਇਆ ਜਾ ਰਿਹਾ ਸਾਲਾਸਰ ਧਾਮ ਦੀ ਯਾਤਰਾ 2 ਰੋਜ਼ਾ ਹੋਊਗੀ ਔਰ ਬੱਸਾਂ ਦੇ ਬਾਲਣ ਤੋਂ ਇਲਾਵਾ ਹੋਰ ਖਰਚੇ ਵੀ ਰੋਡਵੇਜ਼ ਦੇ ਵੱਲੋਂ ਹੀ ਕੀਤੇ ਜਾਣਗੇ ਜਿੰਨਾ ਉਹਨਾਂ ਦੇ ਉੱਤੇ ਤੇਲ ਲੱਗਣਾ ਆ ਉਹ ਵੀ ਰੋਡਵੇਜ਼ ਕਰੂਗੀ ਬੱਸਾਂ ਜਿਹੜੀਆਂ ਨੇ ਉਹ ਰੂਟਾਂ ਤੋਂ ਲਾਹ ਲਈਆਂ ਗਈਆਂ ਨੇ 117 ਔਰ ਉੱਥੇ ਪ੍ਰਾਈਵੇਟ ਬੱਸਾਂ ਜਿਹੜੀਆਂ ਜੀ ਉਹ ਸੱਤਾਧਾਰੀਆਂ ਦੀਆਂ ਦੰਦਨੋਂ ਦੀਆਂ ਫਿਰਨਗੀਆਂ ਉਹ ਉੱਧਰੋਂ ਕਮਾਈ ਕਰਨਗੀਆਂ ਅਤੇ ਇੱਧਰੋਂ ਰੋਡਵੇਜ਼ ਜਿਹੜੀ ਆ ਜੀ ਉਹ ਜਿਹੜੀ ਪਹਿਲਾਂ ਹੀ ਥੱਲੇ ਲੱਗੀ ਪਈ ਆ ਉਹਨੂੰ ਹੋਰ ਘਾਟੇ ਦੇ ਵਿੱਚ ਧੱਕਣ ਦੇ ਵਾਸਤੇ ਅਖੀਰਲਾ ਉਪਰਾਲਾ ਜਿਹੜਾ ਜੀ ਸਰਕਾਰ ਜਾਣ ਤੋਂ ਪਹਿਲਾਂ ਦਾ ਉਹ ਸਰਕਾਰ ਨੇ ਜਿਹੜਾ ਜੀ ਉਹ ਕਰ ਦਿੱਤਾ ਚੋਣ ਕਮਿਸ਼ਨ ਦਾ ਕਿਉਂਕਿ ਡੰਡਾ ਹੌਲੀ ਹੌਲੀ ਜਿਹੜਾ ਜੀ ਉਹ ਆ ਰਿਹਾ ਚੋਣ ਕਮਿਸ਼ਨ ਭੜਕ ਤੋਂ ਪੰਜਾਬ ਦੇ ਦੌਰੇ ਦੇ ਉੱਤੇ ਹੋਊਗਾ ਜਿਹੜੀਆਂ ਕੁਛ ਹਦਾਇਤਾਂ ਚੋਣ ਕਮਿਸ਼ਨ ਪਹਿਲਾਂ ਕਰਕੇ ਗਿਆ ਸੀਗਾ ਉਹ ਜਿਹੜੀਆਂ ਦੀ ਲਾਗੂ ਅਜੇ ਤੱਕ ਬਹੁਤੀਆਂ ਨਹੀਂ ਹੋਈਆਂ ਹਾਂ ਪਿਛਲੇ 24 ਘੰਟਿਆਂ ਦੇ ਦੌਰਾਨ ਇੱਕ ਭੜਥੂ ਜਿਹੜਾ ਜੀ ਉਹ ਬਦਲੀਆਂ ਦਾ ਜ਼ਰੂਰ ਪਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਪੁਲਿਸ ਅਫਸਰਾਂ ਦੀਆਂ ਜਿਹੜੀਆਂ ਬਦਲੀਆਂ ਨੇ ਉਹ ਇੱਧਰ ਤੋਂ ਉੱਧਰ ਉੱਧਰ ਤੋਂ ਇੱਧਰ ਜਿਹੜੀਆਂ ਜੀ ਬੜੀ ਤੇਜ਼ੀ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਤਹਿਸੀਲਦਾਰਾਂ ਦੇ ਬਦਲੀਆਂ ਹੋ ਰਹੀਆਂ ਨੇ ਨੈਬ ਤਹਿਸੀਲਦਾਰਾਂ ਦੀਆਂ ਬਦਲੀਆਂ ਹੋ ਰਹੀਆਂ ਨੇ ਉਹਦਾ ਪ੍ਰਮੁੱਖ ਕਾਰਨ ਇਹ ਆ ਕਿ ਜਦੋਂ ਜਿਹੜੀ 25 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਮੁੱਖ ਸਕੱਤਰ ਦੇ ਨਾਲ 23 ਨੂੰ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਮਿਲਣਾ 24 ਨੂੰ ਉਹਨਾਂ ਨੇ ਡਿਪਟੀ ਕਮਿਸ਼ਨਰ ਅਤੇ SSPs ਨੂੰ ਮਿਲਣਾ ਅਤੇ 25 ਨੂੰ ਜਿਹੜੀ ਮੀਟਿੰਗ ਆ ਉਹ ਸਰਕਾਰੀ ਧਿਰ ਦੇ ਨਾਲ ਹੋਣੀ ਆ ਉਦੋਂ ਤੱਕ ਇਹ ਕੋਸ਼ਿਸ਼ ਕਰਨਗੇ ਜੀ ਦੱਸਣ ਦੀ ਕਿ ਦੇਖੋ ਜੀ ਅਸੀਂ ਜਿਵੇਂ ਤੁਸੀਂ ਹੁਕਮ ਕੀਤੇ ਸੀ ਉਹ ਬਦਲੀਆਂ ਜਿਹੜੀਆਂ ਜੀ ਉਹ ਕਰਤੀਆਂ ਨੇ ਜਿਹੜੀ 23 ਵਾਲੀ ਮੀਟਿੰਗ ਆ ਉਹਦੇ ਉੱਤੇ ਬਹੁਤ ਕੁਛ ਨਿਰਭਰ ਕਰੂਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਿੰਨਾ ਕੁ ਆਪਣਾ ਪੱਖ ਜਿਹੜਾ ਇਹੋ ਜਿਹਾ ਹੈ ਉਹ ਪੇਸ਼ ਕਰਨ ਦੇ ਵਿੱਚ ਸਫਲ ਰਹਿੰਦੀਆਂ ਨੇ ਇਸ ਚੋਣ ਕਮਿਸ਼ਨ ਦੇ ਮੂਹਰੇ ਕਿਉਂਕਿ ਜੋ ਕੁਛ ਆਹ ਚੱਲ ਰਿਹਾ ਜੀ ਇਹ ਪੰਜਾਬ ਦੇ ਪਹਿਲਾਂ ਹੀ ਡੁੱਬ ਚੁੱਕੇ ਖਜ਼ਾਨੇ ਦੇ ਉੱਤੇ ਹੋਰ ਵੱਡਾ ਜਿਹੜਾ ਜੀ ਉਹ ਬੋਝ ਪਾਇਆ ਜਾ ਰਿਹਾ ਬਿਲਕੁਲ ਜੀ ਇਹ ਦਰਸ਼ਨ ਨਹੀਂ ਕਰਵਾ ਰਹੇ ਕਹਿੰਦੇ ਕਿ ਉੱਥੇ ਜਾ ਕੇ ਸੋਹਾਂ ਖਿਲਾਉਂਦੇ ਆ ਕਿ ਸਾਨੂੰ ਵੋਟਾਂ ਪਾਵੋ
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਵੇਂ ਸੇਵਾ ਕੇਂਦਰ ਆ ਜਿਹੜੇ ਉਹ ਖੁੱਲ੍ਹੇ ਆ ਅਤੇ ਉਹ ਜਿਹੜੀ ਸੇਵਾ ਕੇਂਦਰ ਹੈਗੇ ਉਹਨਾਂ ਦਾ ਜਿਹੜਾ ਖਰਚਾ ਆ ਉਹ ਲੋਕਾਂ ਦੀਆਂ ਜੇਬਾਂ 'ਤੇ ਬਿਲਕੁਲ ਜੀ ਐਕਚੁਅਲੀ ਇਹ ਜਿਹੜੇ ਸੇਵਾ ਕੇਂਦਰ ਬਣਾਏ ਨੇ 2147 ਪੰਜਾਬ ਸਰਕਾਰ ਨੇ ਔਰ ਇਹ ਸੇਵਾ ਕੇਂਦਰ ਸ਼ੁਰੂ ਵੀ ਹੋ ਚੁੱਕੇ ਨੇ ਜੀ ਔਰ ਇਹਦੀ ਜਿਹੜੀ ਫੀਸ ਆ ਉਹ ਲੋਕਾਂ ਦੀਆਂ ਜੇਬਾਂ ਦੇ ਉੱਤੇ ਨਵਾਂ ਬੋਝ ਜਿਹੜਾ ਜੀ ਉਹ ਬਣ ਕੇ ਡਿੱਗੀ ਆ ਆਪਾਂ ਸੇਵਾ ਕੇਂਦਰ ਸੰਬੰਧੀ ਕੁਛ ਹਫ਼ਤੇ ਪਹਿਲਾਂ ਇੱਕ ਖਬਰ ਜਿਹੜੀ ਸਾਂਝੀ ਕੀਤੀ ਸੀ ਕਿ ਦੋ ਜਿਹੜੇ ਅਹਿਮ ਆਗੂ ਨੇ ਮਾਲਵੇ ਦੇ ਉਹ ਆਪਸ 'ਚ ਇਸ ਗੱਲੋਂ ਜਿਹੜਾ ਜੀ ਖਿਬੜੇ ਨੇ ਕਿ ਜਿਹੜਾ ਸੇਵਾ ਕੇਂਦਰਾਂ ਦਾ ਜਿਹੜਾ ਬਣਿਆ ਪੈਸਾ ਆ ਬਿਲਡਿੰਗਾਂ ਦੇ ਵਿੱਚੋਂ ਉਹ ਵੰਡਿਆ ਕਿਉਂ ਨਹੀਂ ਗਿਆ ਉਹਦੇ ਨਾਲ ਇੱਕ ਹੀ ਕਿਉਂ ਜਿਹੜਾ ਜੀ ਉਹ ਖਾ ਗਿਆ 500 ਕਰੋੜ ਰੁਪਈਏ ਇਹਨਾਂ ਨਵੇਂ ਸੇਵਾ ਕੇਂਦਰਾਂ ਦੇ ਉੱਤੇ ਸਰਕਾਰ ਜਿਹੜਾ ਜੀ ਉਹ ਖਰਚਣ ਦਾ ਦਾਅਵਾ ਕਰਦੀ ਹੈ ਇਹ ਨਵੇਂ ਸੇਵਾ ਕੇਂਦਰ ਬਣਾ ਕੇ ਕੀਤਾ ਕੀ ਗਿਆ ਜੀ ਜਿਹੜੀ ਇੱਥੇ ਸੁਵਿਧਾ ਸੈਂਟਰ ਹੁੰਦੇ ਸੀਗੇ ਉਹਨਾਂ ਤੋਂ ਕੰਮ ਲੈ ਕੇ ਪ੍ਰਾਈਵੇਟ ਕੰਪਨੀ ਦੇ ਹਵਾਲੇ ਜਿਹੜਾ ਜੀ ਉਹ ਕਰ ਦਿੱਤਾ ਗਿਆ ਜੇ ਕਿਸੇ ਨੇ ਡੈਥ ਸਰਟੀਫਿਕੇਟ ਚਾਹੀਦਾ ਬਰਥ ਸਰਟੀਫਿਕੇਟ ਚਾਹੀਦਾ ਪਹਿਲਾਂ ਇਹਦੀ 30 ਰੁਪਈਏ ਫੀਸ ਹੁੰਦੀ ਸੀਗੀ ਹੁਣ 50 ਰੁਪਈਏ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ ਜੀ ਨਵਾਂ ਅਸਲਾ ਲਾਇਸੈਂਸ ਲੈਣ ਦੀ ਪਹਿਲਾਂ ਫੀਸ 700 ਰੁਪਈਏ ਹੁੰਦੀ ਸੀਗੀ ਇਹ ਸਿੱਧੀ 2000 ਰੁਪਈਏ ਦੇ ਉੱਤੇ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਅਸਲਾ ਵੇਚਣ ਦੇ ਵਾਸਤੇ ਪਹਿਲਾਂ NOC ਲੈਣ ਦੀ ਕੋਈ ਸਰਕਾਰੀ ਫੀਸ ਨਹੀਂ ਸੀ ਹੁੰਦੀ 225 ਰੁਪਈਏ ਸੁਵਿਧਾ ਫੀਸ ਜਿਹੜੀ ਉਹ ਹੁੰਦੀ ਸੀਗੀ ਪਰ ਹੁਣ ਇਹ ਜਿਹੜੇ ਨਵੇਂ ਸੇਵਾ ਕੇਂਦਰ ਲਾਏ ਗਏ ਨੇ ਜੀ ਇਹ ਡਬਲ ਕਰ ਦਿੱਤੀ ਹੈ ਇਹ ਸਰਕਾਰੀ ਫੀਸ ਹੁਣ 500 ਰੁਪਈਏ ਅਤੇ ਸੁਵਿਧਾ ਫੀਸ ਜਿਹੜੀ ਹੈ ਜੀ ਉਹ 400 ਰੁਪਈਏ ਹੋ ਗਈ ਹੈ 225 ਤੋਂ ਸਿੱਧਾ 900 ਰੁਪਈਆ ਜਿਹੜਾ ਜੀ ਉਹ ਕਰ ਦਿੱਤਾ ਗਿਆ ਡੁਪਲੀਕੇਟ ਅਸਲਾ ਲਾਇਸੈਂਸ ਜਿਹੜਾ ਜੀ ਉਹਦੀ ਸਰਕਾਰੀ ਫੀਸ 100 ਰੁਪਈਏ ਤੋਂ ਵਧਾ ਕੇ 500 ਰੁਪਈਏ ਕਰ ਦਿੱਤੀ ਗਈ ਆ 225 ਤੋਂ ਜਿਹੜੀ ਸੁਵਿਧਾ ਫੀਸ ਆ ਜੀ ਉਹ 370 ਰੁਪਈਏ ਕਰ ਦਿੱਤੀ ਗਈ ਆ ਜੀ ਜੇ ਅਸਲਾ ਜਿਹੜਾ ਜੀ ਉਹਦੇ ਤਬਾਦਲਾ ਕਰਨਾ ਪਹਿਲਾਂ 225 ਰੁਪਈਏ ਸੁਵਿਧਾ ਫੀਸ ਸੀ ਹੁਣ 500 ਰੁਪਈਏ ਹੋਊਗੀ ਸਰਕਾਰੀ ਫੀਸ 400 ਰੁਪਈਏ ਇਹਦੀ ਵੱਖਰੀ ਹੋਊਗੀ ਇਹ ਵੀ ਜਿਹੜੀ ਹੈ ਜੀ ਉਹ ਵਧਾ ਦਿੱਤੀ ਗਈ ਹੈ ਜਿਹੜੀ RTI ਦਰਖਾਸਤ ਦੇ ਵਾਸਤੇ ਪਹਿਲਾਂ ਸਰਕਾਰੀ ਫੀਸ 10 ਰੁਪਈਏ ਹੁੰਦੀ ਸੀਗੀ ਜੀ ਸੁਵਿਧਾ ਕੇਂਦਰਾਂ ਤੋਂ ਹੁਣ 200 ਰੁਪਈਏ ਸੁਵਿਧਾ ਫੀਸ ਵੀ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ RTI ਆਮ ਬੰਦਾ ਜਿਹੜਾ ਜੀ ਉਹ ਲੈ ਨਾ ਸਕੇ ਕਿਉਂਕਿ ਪਹਿਲਾਂ 10 ਰੁਪਈਏ ਸਿਰਫ ਦੇਣੇ ਪੈਂਦੇ ਸੀਗੇ ਹੁਣ 200 ਰੁਪਈਆ ਜਿਹੜੀ ਹੈ ਜੀ ਇਹ ਫੀਸ ਦੇਣੀ ਪਊਗੀ ਜੇ ਕਿਸੇ ਨੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਉਹਨਾਂ ਨੇ ਆਪਣਾ ਸ਼ਨਾਖਤੀ ਕਾਰਡ ਬਣਾਉਣਾ ਇਹਦੇ 10 ਰੁਪਈਏ ਦੇਣੇ ਪੈਣਗੇ ਮੈਰਿਜ ਰਜਿਸਟ੍ਰੇਸ਼ਨ ਦੀ ਫੀਸ ਦੇ ਵਿੱਚ ਵੀ ਵਾਧਾ ਜਿਹੜਾ ਜੀ ਉਹ ਕੀਤਾ ਗਿਆ ਜਿਹੜੇ ਡਾਇਰੈਕਟਰ ਨੇ ਉਹ ਇਹ ਕਹਿੰਦੇ ਨੇ ਕੋਈ ਖਾਸ ਵਾਧਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ ਹਾਂ ਜਿਹੜਾ ਐਡੇ ਉੱਚੇ ਅਹੁਦੇ ਦੇ ਉੱਤੇ ਬੈਠਾ ਜੀ ਉਹਨੂੰ ਥੋੜ੍ਹੀ ਇਹ ਲੱਗਦਾ ਜੀ ਕਿ ਕਿੰਨਾ ਖਾਸ ਵਾਧਾ ਹੈ ਇਹ ਜਿਹੜਾ ਆਮ ਬੰਦਾ ਹੈ ਜਿਹੜਾ ਪਹਿਲਾਂ ਹੀ ਪਿਸ ਰਿਹਾ ਗਰੀਬੀ ਦੇ ਵਿੱਚ ਉਹਨੂੰ ਪੁੱਛਿਆ ਜਾ ਸਕਦਾ ਜੀ ਕਿ ਜਿਹਨੂੰ 225 ਰੁਪਈਏ ਤੋਂ ਸਿੱਧਾ 900 ਰੁਪਈਆ ਜਿਹੜਾ ਜੀ ਉਹ ਦੇਣਾ ਪਊਗਾ ਕਿ ਉਹਦਾ ਕਚੂਮਰ ਕਿਵੇਂ ਨਿਕਲੂਗਾ ਜੀ ਬਿਲਕੁਲ ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਿੱਧੂ ਦੀ ਨਵਜੋਤ ਸਿੱਧੂ ਅਤੇ ਆਵਾਜ਼ ਪੰਜਾਬ ਇਹਨਾਂ ਦਾ ਮਾਮਲਾ ਬੜਾ ਖਟਾਈ ਜਿਹੀ ਦੇ ਵਿੱਚ ਪੈ ਗਿਆ ਜੀ ਭੰਬਲ ਭੂਸੇ 'ਚ ਤੁਰੇ ਫਿਰਦੇ ਆ ਇਹ ਤਾਂ ਕੋਈ ਹੋਰ ਹੀ ਆਵਾਜ਼ ਜੀ ਜਿਹੜੀ ਹੈ ਜੀ ਉਹ ਬਣ ਗਈ ਹੈ ਕਿ ਅਜੇ ਵੀ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਫਿਰ ਰਹੇ ਨੇ ਕੱਲ੍ਹ ਫਿਰ ਮੀਟਿੰਗ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਹੋਈ ਹੈ ਨਵਜੋਤ ਸਿੰਘ ਸਿੱਧੂ ਬੈਂਸ ਭਰਾਵਾਂ ਅਤੇ ਪ੍ਰਗਟ ਸਿੰਘ ਦੇ ਵਿਚਾਲੇ ਔਰ ਇਹ ਵੀ ਪਤਾ ਲੱਗਿਆ ਜੀ ਅਜੇ ਵੀ ਉਹਨਾਂ ਨੇ ਕੁਝ ਸਿਆਸੀ ਪੱਤੇ ਜਿਹੜੇ ਨੇ ਉਹ ਨਹੀਂ ਖੋਲ੍ਹੇ ਜਿਹੜੇ ਬੈਂਸ ਭਰਾ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਬਾਦਲਾਂ ਦੀ ਲੁੱਟ ਖਸੁੱਟ ਅਤੇ ਲੋਕ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ੇ ਪੰਜਾਬ ਜਿਹੜਾ ਜੀ ਉਹ ਆਪਣੀ ਅਗਲੀ ਰਣਨੀਤੀ ਜਿਹੜੀ ਹੈ ਜੀ ਉਹ ਦੱਸੂਗਾ ਬੈਂਸ ਭਰਾਵਾਂ ਨੇ ਤਾਂ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਗੱਲਬਾਤ ਹੈ ਉਹ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨਾਲ ਵੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਲੋਕ ਹਿੱਤਾਂ ਦੇ ਨਾਲ ਜੁੜੀਆਂ ਸ਼ਰਤਾਂ ਤਹਿਤ ਗੱਲਬਾਤ ਜਿਹੜੀ ਹੈ ਜੀ ਉਹ ਹੋਊਗੀ ਜਿਹੜੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਬਰਾਬਰ ਉਹਨਾਂ ਨੇ ਕਿਹਾ ਕਿ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਵੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਹੋਈ ਹੈ ਸਮਝਿਆ ਇਹ ਜਾ ਰਿਹਾ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਰਾਹੁਲ ਗਾਂਧੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਵਿੱਚ ਉਹ ਜਿਹੜਾ ਜੀ ਉਹ ਲਿਆ ਜਾ ਸਕਦਾ ਹਾਲਾਂਕਿ ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸੁਰ ਜਿਹੜੀ ਹੈ ਜੀ ਉਹ ਨੀਵੀਂ ਹੋਈ ਹੈ ਥੋੜ੍ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਿਨਾਂ ਸ਼ਰਤ ਜੇ ਆਉਂਦੇ ਨੇ ਤਾਂ ਬੂਹੇ ਬੰਦ ਜਿਹੜੇ ਆ ਜੀ ਉਹ ਨਹੀਂ ਹੋਏ ਆਸ਼ਾ ਕੁਮਾਰੀ ਜਿਹੜੀ ਪੰਜਾਬ ਮਾਮਲਿਆਂ ਦੀ ਇੰਚਾਰਜ ਹੈ ਉਹ ਇਹ ਕਹਿੰਦੀ ਹੈ ਕਿ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਡਿਪਟੀ ਮੁੱਖ ਮੰਤਰੀ ਬਣਾਉਣਾ ਨਵਜੋਤ ਸਿੰਘ ਸਿੱਧੂ ਨੂੰ ਇਹਦੇ ਸੰਬੰਧੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਨਹੀਂ ਹੋਈ ਇਹ ਜਿਹੜੀ ਸੌਦੇਬਾਜ਼ੀ ਹੈ ਜੀ ਇਹ ਪਿਛਲੇ ਕਾਫੀ ਹਫ਼ਤਿਆਂ ਤੋਂ ਜਿਹੜੀ ਉਹ ਚੱਲ ਰਹੀ ਆ ਸੌਦਾ ਜਦੋਂ ਸਿਰੇ ਚੜਿਆ ਜੀ ਫਿਰ ਪਤਾ ਲੱਗੂਗਾ ਕਿ ਲੋਕਾਂ ਦਾ ਸੌਦਾ ਜਿਹੜਾ ਜੀ ਉਹ ਅੰਦਰ ਬਹਿ ਕੇ ਕਿਹੜੇ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਜੀ ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੇਜਰੀਵਾਲ ਦੀ ਕਿ ਉਸਦਾ 3 ਦਿਨਾਂ ਦਾ ਦੌਰਾ ਹੈ ਜਿਹੜਾ ਉਹ ਕੱਲ੍ਹ ਨੂੰ ਸ਼ੁਰੂ ਹੋਵੇਗਾ
ਚਿਲੀ ਦੀ ਬਿਲਕੁਲ ਇਹ ਜਿਹੜਾ ਦੌਰਾ ਹੈ ਜੀ ਇਹ 23, 24 ਅਤੇ 25 ਨੂੰ ਹੋਊਗਾ। 23 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੁਰੀ ਇੱਥੇ ਲੁਧਿਆਣੇ ਦੇ ਵਿੱਚ ਜਿਹੜਾ ਪੰਜਾਬ ਦੀ ਇੰਡਸਟਰੀ ਆ ਇਹਦੇ ਸੰਬੰਧੀ ਉਹ ਜਿਹੜਾ ਮੈਨੀਫੈਸਟੋ ਆ ਉਹ ਜਾਰੀ ਕਰਨਗੇ। ਇੰਡਸਟਰੀ ਦਾ ਜਿਹੜਾ ਮੈਨੀਫੈਸਟੋ ਆ ਪਾਰਟੀ ਜਿਹੜੀ ਆ ਜੀ ਉਹ ਪਹਿਲਾਂ ਦੋ ਵੱਖ ਵੱਖ ਸਬਜੈਕਟ ਦੇ ਉੱਤੇ ਜਿਹੜੇ ਚੋਣ ਮੈਨੀਫੈਸਟੋ ਜਾਰੀ ਕਰ ਚੁੱਕੀ ਹੈ। ਪਹਿਲਾਂ ਯੂਥ ਵਾਲਾ, ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਮੈਨੀਫੈਸਟੋ, ਅਤੇ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਸਿੱਧਾ ਰਾਬਤਾ ਬਣਾਉਣ ਦੇ ਯਤਨ ਜਿਹੜੇ ਉਹ ਕੀਤੇ ਨੇ ਵੱਖ ਵੱਖ ਵਰਗਾਂ ਦੇ ਨਾਲ। ਜਿਹੜਾ 23, 24, 25 ਦਾ ਇਹ ਦੌਰਾ ਹੈ ਇਹ ਸਿਰਫ ਜਿਹੜਾ ਜੀ ਇੰਡਸਟਰੀ ਦੇ ਉੱਤੇ ਹੀ ਕੇਂਦਰਿਤ ਰਹੂਗਾ। ਵੱਖ ਵੱਖ ਥਾਵਾਂ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਜੀ ਉਹ ਮੀਟਿੰਗਸ ਹੋਣਗੀਆਂ ਜਿਹੜੇ ਉਦਯੋਗਪਤੀ ਨੇ ਵਪਾਰੀਆਂ ਦੇ ਨਾਲ, ਸ਼ੈਲਰ ਮਾਲਕ ਜਿਹੜੇ ਨੇ ਉਹਨਾਂ ਦੇ ਨਾਲ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਸਮਝਦੀ ਹੈ ਕਿ ਵੱਡੀਆਂ ਰੈਲੀਆਂ ਜਿਹੜੀਆਂ ਜੀ ਹਾਲ ਦੀ ਘੜੀ ਉਹਨਾਂ ਨੇ ਨਹੀਂ ਕਰਨੀਆਂ, ਜਿਹੜੇ ਵੱਖ ਵੱਖ ਵਰਗ ਨੇ ਉਹਨਾਂ ਦੇ ਨਾਲ ਜਿਹੜੀ ਜੀ ਉਹ ਅਟਰੈਕਸ਼ਨ ਉਹਦੀ ਜਾਰੀ ਰਹੂਗੀ। ਜਿਹੜੀਆਂ ਤਿੰਨ ਇਹ ਮੀਟਿੰਗਸ ਨੇ ਵੱਡੀਆਂ ਜਿਹੜੀਆਂ ਲੁਧਿਆਣਾ ਦੇ ਵਿੱਚ, ਜਲੰਧਰ ਦੇ ਵਿੱਚ ਜਿਹੜੀਆਂ ਜੀ, ਗੋਬਿੰਦਗੜ੍ਹ ਦੇ ਵਿੱਚ ਇਹ ਹੋਣਗੀਆਂ, ਔਰ ਦਿਨ ਦੇ ਟਾਈਮ ਇਹਨਾਂ ਉਦਯੋਗਪਤੀਆਂ ਦੇ ਨਾਲ ਮੀਟਿੰਗ, ਅਤੇ ਰਾਤ ਦੇ ਟਾਈਮ ਦੂਸਰੀ ਜਗ੍ਹਾ ਦੇ ਉੱਤੇ ਡਿਨਰ ਦੇ ਵਿੱਚ ਜਿਹੜਾ ਜੀ ਉਹ ਉਦਯੋਗਪਤੀਆਂ ਨੂੰ ਸਮਝਾਉਣ ਦਾ ਯਤਨ ਕੇਜਰੀਵਾਲ ਹੁਰੀ ਕਰਨਗੇ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਸ ਵੇਲੇ ਜਿਹੜੀ ਇੰਡਸਟਰੀ ਇੱਥੋਂ ਪੁੱਟ ਪਟਾ ਕੇ ਚਲੇਗੀ ਦੂਜੇ ਸੂਬਿਆਂ ਦੇ ਵਿੱਚ ਉਹਨੂੰ ਕਿਵੇਂ ਰੋਕਿਆ ਜਾਊਗਾ, ਅਤੇ ਇੰਡਸਟਰੀ ਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਉਹਦੀ ਪੋਲਿਸੀ ਕੀ ਹੋਊਗੀ। ਇਹ 21 ਨੁਕਾਤੀ ਜਿਹੜਾ ਜੀ ਮੈਨੀਫੈਸਟੋ ਹੋਊਗਾ, 21 ਪੁਆਇੰਟ ਇਹਦੇ ਵਿੱਚ ਜਿਹੜੇ ਨੇ ਇੰਡਸਟਰੀ ਦੇ ਨਾਲ ਰਿਲੇਟਡ ਉਹ ਸ਼ਾਮਿਲ ਕੀਤੇ ਗਏ ਨੇ, ਔਰ ਇਹੀ ਜਿਹੜੇ ਆ ਜੀ ਇਹਨਾਂ ਦਾ ਖੁਲਾਸਾ ਅਰਵਿੰਦ ਕੇਜਰੀਵਾਲ ਹੁਰੀ ਕਰਨਗੇ। ਉਂਝ ਵੈਸੇ ਪਤਾ ਇਹ ਲੱਗ ਰਿਹਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੁਰੀ ਨੇ ਉਹ ਤਲਵੰਡੀ ਸਾਬੋ ਵੀ ਜਿਹੜਾ ਜੀ ਉਹ ਮੱਥਾ ਟੇਕਣ ਦੇ ਵਾਸਤੇ ਜਾਣਗੇ, ਅਤੇ ਉਹਨਾਂ ਦੀ ਸ਼ਾਇਦ ਕੋਈ ਅਹਿਮ ਮੀਟਿੰਗ ਜਿਹੜੀ ਹੈ ਜੀ ਉਸ ਸਾਈਡ ਦੇ ਉੱਤੇ ਕੁਝ ਜਥੇਬੰਦੀਆਂ ਦੇ ਨਾਲ ਜਿਹੜੀ ਹੋ ਸਕਦੀ ਆ। ਵੈਸੇ ਇਹ ਉਹਨਾਂ ਦੇ ਦੌਰੇ ਦੇ ਵਿੱਚ ਜਿਹੜਾ ਜੀ ਉਹ ਨਹੀਂ ਰੱਖਿਆ ਗਿਆ, ਇਹ 3 ਦਿਨਾਂ ਦੌਰਾ ਜਿਹੜਾ ਜੀ ਇਹ ਸਾਰੇ ਦਾ ਸਾਰਾ ਇੰਡਸਟਰੀ ਵਾਲਿਆਂ ਦੇ ਨਾਲ ਹੀ ਉਹਨਾਂ ਦਾ ਖਾਸ ਤੌਰ 'ਤੇ ਕੇਂਦਰਿਤ ਰਹੂਗਾ ਜੀ। ਇਸੇ ਕਰਕੇ ਤਾਂ ਭੱਜਣਾ ਪਈਆਂ ਮੋਦੀ ਨੂੰ, ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਗਵਾਹਕਾਂਡ ਦੀ। ਆਪਾਂ ਗੱਲ ਕੀਤੀ ਸੀਗੀ ਕੱਲ੍ਹ ਵੀ ਕਿ ਜਿਹੜਾ ਅਗਵਾਹਕਾਂਡ ਸੀਗਾ ਜਿਸ ਦੇ ਦੋਸ਼ੀ ਸੀਗੇ ਅਕਾਲੀ ਲੀਡਰ, ਅਤੇ ਉਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ, ਕਰੰਸੀ, ਇਸ ਤਰ੍ਹਾਂ ਦਾ ਵੀ ਸਮਾਨ ਮਿਲਿਆ। ਬਿਲਕੁਲ ਜੀ, ਉਹਨਾਂ ਕੋਲ ਪੁੱਛਗਿੱਛ ਜਿਹੜੀ ਹੈ ਜੀ ਉਹ ਜਾਰੀ ਹੈ। ਇਹ ਜਿਹੜਾ ਇੱਥੇ ਮਾਲਵੇ ਦੇ ਵਿੱਚ ਜਿਹੜਾ ਯੂਥ ਹੈਗਾ ਜੀ ਅਕਾਲੀ ਦਲ, ਉਹਦਾ ਉਹ ਜਨਰਲ ਸਕੱਤਰ ਸੀਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਜੀ ਇੱਕ ਮੈਂਬਰ ਦਾ ਨੇੜਲਾ ਰਿਸ਼ਤੇਦਾਰ ਸੀਗਾ ਜੀ, ਜਿਨ੍ਹਾਂ ਨੇ ਬੁਢਲਾਡੇ ਦੇ ਇੱਕ ਵਪਾਰੀ ਚਮਨ ਲਾਲ ਨੂੰ ਅਗਵਾ ਕਰਕੇ 1 ਕਰੋੜ ਰੁਪਈਆ ਫਰੌਤੀ ਜਿਹੜੀ ਉਹ ਲੈ ਲਈ ਸੀਗੀ। ਐਸ ਜੀ ਪੀ ਸੀ ਦੇ ਬਾਬਾ ਸੁਖਜੈਨ ਸਿੰਘ ਦਾ ਮੁੰਡਾ ਕਲਿਆਣ ਸਿੰਘ ਅਤੇ ਉਹਦਾ ਭਾਣਜਾ ਗੁਰਪ੍ਰੀਤ ਸਿੰਘ, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਪੁਲਿਸ ਨੇ ਪੁੱਛਗਿੱਛ ਇਹਨਾਂ ਤੋਂ ਜਿਹੜੀ ਆ ਜੀ ਉਹ ਕਰਕੇ 55 ਲੱਖ ਰੁਪਈਆ ਜਿਹੜਾ ਜੀ ਉਹ ਫੜਿਆ, ਫੋਰਚੂਨਰ ਗੱਡੀ, ਰਿਵਾਲਵਰ ਸਣੇ ਅਸਲਾ ਜਿਹੜਾ ਜੀ ਉਹ ਬਰਾਮਦ ਕੀਤਾ। ਕਲਿਆਣ ਸਿੰਘ ਜਿਹੜਾ ਜੀ ਉਹ ਯੂਥ ਅਕਾਲੀ ਦਲ ਮਾਲਵਾ ਜ਼ੋਨ 1 ਦਾ ਜਨਰਲ ਸੈਕਟਰੀ ਆ, ਔਰ ਉਹਨੇ ਵਾਰਦਾਤ ਦੇ ਵਿੱਚ ਅਪ੍ਰੈਲ ਦੇ ਵਿੱਚ ਹਰਿਆਣੇ ਦੇ ਰਤੀਆ ਤੋਂ ਇੱਕ ਮਹਿੰਦਰਾ ਜਿਹੜੀ ਪਿਕਅਪ ਹੈ ਉਹ ਚੋਰੀ ਕਰਕੇ ਉਹਨੇ ਦੱਸਿਆ ਕਿ ਉਹਨੇ ਉੱਥੇ ਹੀ ਨੇੜੇ ਜਿਹੜੇ ਖੇਤਾਂ ਦੇ ਵਿੱਚ ਲੁਕੋਤੀ ਸੀਗੀ, ਔਰ ਚਿਮਨ ਲਾਲ ਦੀ ਰੇਕੀ ਜਿਹੜੀ ਆ ਜੀ ਉਹ ਕਰਦੇ ਰਹੇ। ਬਾਅਦ ਦੇ ਵਿੱਚ ਬਰੇਟਾ ਤੋਂ ਵਾਪਸ ਬੁਢਲਾਡਾ ਜਿਹੜਾ ਜੀ ਉਹ ਜਾਂਦੇ ਟਾਈਮ ਉਹਨਾਂ ਨੇ ਚਿਮਨ ਲਾਲ ਨੂੰ ਅਗਵਾ ਕੀਤਾ, ਔਰ ਉਹਨੂੰ ਫਾਰਮ ਹਾਊਸ ਧਰਮਪੁਰ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਜਦੋਂ ਇਹਨਾਂ ਨੂੰ ਪੈਸੇ ਮਿਲੇ ਆ ਜੀ ਫਰੌਤੀ ਦੇ 1 ਕਰੋੜ ਰੁਪਈਆ, 15 ਦਿਨ ਬਾਅਦ ਚਿਮਨ ਲਾਲ ਨੂੰ ਪਿੰਡ ਕਮਾਣਾ ਜਿਹੜਾ ਹਰਿਆਣੇ 'ਚ ਪੈਂਦਾ ਉੱਥੇ ਇਹਨਾਂ ਨੇ ਜਿਹੜਾ ਜੀ ਉਹ ਛੱਡ ਦਿੱਤਾ। ਇਹਨਾਂ ਦੇ ਦੱਸਣ ਦੇ ਉੱਤੇ ਹੀ ਪੁਲਿਸ ਨੇ ਪਿੰਡ ਧਰਮਪੁਰਾ ਦੇ ਪਿੰਡ ਦਾਦੂਪੁਰ ਢਾਣੀ ਤੋਂ ਜਿਹੜਾ ਜੀ 13,000 ਦੇ ਕਰੀਬ ਪੌਂਡ, 10,000 ਯੂਰੋ ਅਤੇ 16 ਲੱਖ ਤੋਂ ਉੱਪਰ ਜਿਹੜੀ ਹੈ ਜੀ ਉਹ ਭਾਰਤੀ ਕਰੰਸੀ ਜਿਹੜੀ ਆ ਉਹ ਬਰਾਮਦ ਕੀਤੀ ਹੈ। ਇਹਨਾਂ ਦੋਸ਼ੀਆਂ ਤੋਂ 75 ਤੋਂ 80 ਲੱਖ ਰੁਪਈਏ ਉਹਨਾਂ ਦੇ ਕੋਲ ਅਜੇ ਹੋਣ ਦੀ ਗੱਲ ਜਿਹੜੀ ਹੈ ਜੀ ਉਹ ਕਬੂਲੀ ਆ। 55 ਲੱਖ ਰੁਪਈਏ ਪੁਲਿਸ ਨੇ ਬਰਾਮਦ ਕਰ ਲਏ ਆ, ਬਾਕੀ ਪੁਲਿਸ ਕਹਿੰਦੀ ਹੈ ਕਿ ਰਿਮਾਂਡ ਦੇ ਉੱਤੇ ਨੇ ਉਹ ਵੀ ਬਰਾਮਦ ਜਿਹੜੇ ਆ ਜੀ ਉਹ ਕਰ ਲਏ ਜਾਵਾਂਗੇ ਕਰ ਲਵਾਂਗੇ। ਸਵਾਲ ਇਹਦੇ ਵਿੱਚ ਥੋੜ੍ਹਾ ਇਹ ਵੀ ਵੱਡਾ ਖੜਾ ਹੁੰਦਾ ਜੀ ਕਿ 13,000 ਤੋਂ ਉੱਪਰ ਪੌਂਡ, 10,000 ਯੂਰੋ ਜਿਹੜੀ ਇਹ ਫੋਰਨ ਦੀ ਕਰੰਸੀ ਹੈ ਇਹਨਾਂ ਦੇ ਕੋਲ ਕਿੱਥੋਂ ਆਈ। ਇੱਕ ਦੂਸਰੀ ਗੱਲ ਜਿਹੜੀ ਜੀ ਵੀ 1 ਕਰੋੜ ਰੁਪਈਏ ਦੀ ਫਰੌਤੀ ਜਿਹੜੇ ਸਿਸਟਮੈਟਿਕਲੀ ਤਰੀਕੇ ਦੇ ਨਾਲ ਇਹਨਾਂ ਨੇ ਇਹ ਉਗਰਾਹੀ ਔਰ ਧੂੰ ਤੱਕ ਦੀ ਇਹਦਾ ਨਿਕਲਣ ਦਿੱਤਾ ਜੀ ਕਿਸੇ ਦੇ ਕੋਲ,
ਡਾਇਰੈਕਟ ਕੋਈ ਏਡੀ ਵੱਡੀ ਜਿਹੜੀ ਹੈ ਜੀ ਉਹ ਮਾਰਕਾ ਨਹੀਂ ਮਾਰ ਸਕਦਾ, ਇਹਦਾ ਮਤਲਬ ਛੋਟੇ ਛੋਟੇ ਤੋਂ ਸ਼ੁਰੂ ਹੋਏ ਜਿਹੜਾ ਜੀ ਉਹ ਕਰੋੜ ਤੱਕ ਜ਼ਰੂਰ ਪਹੁੰਚੇ ਨੇ। ਅਤੇ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਡਰੱਗ ਦੇ ਮਾਮਲੇ ਵਿੱਚ ਕਈ ਵਾਰੀ ਜਿਹੜੀ ਸਰਕਾਰ ਆ ਉਹ ਅੱਖਾਂ ਮੀਟ ਲੈਂਦੀ ਆ। ਕਨੇਡਾ ਦੇ ਵਿੱਚ ਇੱਕ ਰਹਿੰਦੇ ਡਰੱਗ ਡੀਲਰ ਸੱਤਾ ਨਾਂ ਦੇ ਬੰਦੇ ਨੂੰ ਇਹਨਾਂ ਨੇ ਸਮਨ ਵੀ ਜਾਰੀ ਨਹੀਂ ਕੀਤੇ। ਐਕਚੁਲੀ ਜੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 11 ਦੇ ਖਿਲਾਫ ਤਾਂ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਹੋ ਗਿਆ, ਜਿਹਦੇ ਵਿੱਚ ਇਹ ਸਤਪ੍ਰੀਤ ਸੱਤਾ ਜਿਹਦਾ ਨਾਮ ਜਿਹੜਾ ਸੀਗਾ ਜੀ ਜਿਹੜਾ ਭੋਲਾ ਕਾਂਡ ਸੀਗਾ ਜੀ ਉਹਦੇ ਵਿੱਚ ਆਇਆ ਸੀਗਾ, ਪਰ ਇਹਨੂੰ ਪੁਲਿਸ ਇਹਦੇ ਉੱਤੇ ਜਿਹੜੀ ਹੈ ਜੀ ਉਹ ਮਿਹਰਬਾਨ ਦੱਸੀ ਦੀ ਹੈ। ਪੁਲਿਸ ਨੇ ਬਿਨਾਂ ਜਾਂਚ ਕੀਤਿਆਂ ਉਹਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਆ। ਇੱਥੋਂ ਦੇ ਇੱਕ ਪ੍ਰਮੁੱਖ ਅਖਬਾਰ ਨੇ ਇਹ ਕਿਹਾ ਜੀ ਕਿ ਉਹਦੇ ਕੋਲ ਇਸ ਜਿਹੜੇ ਪੇਪਰ ਨੇ ਉਹਦੀਆਂ ਕਾਪੀਆਂ ਨੇ ਕਿ FIR ਦੇ ਵਿੱਚ ਨਾਮ ਹੋਣ ਦੇ ਬਾਵਜੂਦ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ। ਉਹਦੇ ਨਜ਼ਦੀਕੀਆਂ ਦੇ ਉੱਤੇ ਰੈੱਡ ਕਾਰਨਰ ਨੋਟਿਸ ਜਿਹੜਾ ਜੀ ਉਹ ਜ਼ਰੂਰ ਜਾਰੀ ਕੀਤਾ ਗਿਆ, ਪਰ ਇਹਦੇ ਵਿੱਚ ਜਿਹੜਾ ਜੀ ਸਤਪ੍ਰੀਤ ਸਿੰਘ ਸੱਤਾ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ। ਜਿਹੜਾ ਜੀ ਕਿਉਂ ਇਹ ਚਾਰਜਸ਼ੀਟ ਦੇ ਵਿੱਚ ਉਹਦਾ ਨਾਮ ਜਿਹੜਾ ਨਹੀਂ ਆਇਆ, ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ ਉਹਨੇ SIT ਨੂੰ ਸੱਤਾ ਅਤੇ ਪਰਮਿੰਦਰ ਸਿੰਘ ਪਿੰਦੀ ਦੀ ਜਾਂਚ ਰਿਪੋਰਟ ਸਬਮਿਟ ਕਰਾਉਣ ਦੇ ਵਾਸਤੇ ਕਿਹਾ, ਪਰ ਅਜੇ ਤੱਕ ਕੋਈ ਰਿਪੋਰਟ ਜਿਹੜੀ ਆ ਜੀ ਉਹ ਸਬਮਿਟ ਨਹੀਂ ਕੀਤੀ ਗਈ। ਜਿਹੜੇ ਲੋਕਾਂ ਦੇ ਨਾਮ ਆਏ ਸੀਗੇ ਜੀ ਰੈੱਡ ਕਾਰਨਰ ਨੋਟਿਸ ਦੇ ਵਿੱਚ, ਇਹਦੇ ਵਿੱਚ ਰਣਜੀਤ ਸਿੰਘ, ਦਾਰਾਮ ਠੱਡਾ, ਲਹਿੰਬਰ ਸਿੰਘ ਢੱਲਾ, ਪਰਮਿੰਦਰ ਸਿੰਘ ਦਿਓ ਉਰਫ ਪਿੰਦੀ, ਸਰਬਜੀਤ ਸਿੰਘ ਸੰਧਰ ਉਰਫ ਨਿੱਕ, ਹਰਬੰਸ ਸਿੰਘ ਸਿੱਧੂ, ਨਿਰੰਕਾਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ, ਅਮਰਜੀਤ ਸਿੰਘ ਕੂਨਰ, ਪ੍ਰਦੀਪ ਸਿੰਘ, ਅਮਰਿੰਦਰ ਸਿੰਘ ਲਾਡੀ, ਸੁਖਰਾਜ ਸਿੰਘ ਕੰਗ ਉਰਫ ਰਾਜਾ ਜਿਹੜੇ ਜੀ ਉਹ ਇਹ ਸ਼ਾਮਿਲ ਸੀਗੇ। ਐਕਚੁਲੀ ਜਿਹੜੀ ਖਬਰ ਇੱਕ ਚੱਲ ਰਹੀ ਹੈ ਜੀ ਕੈਨੇਡਾ ਦੇ ਵਿੱਚ ਜਿਹੜੀ ਡਰੱਗ ਫੜੀ ਗਈ ਆ ਵੱਡੀ, ਇਹਨਾਂ ਦੇ ਵਿੱਚੋਂ ਜਿਹੜਾ ਨਾਮ ਹੈ ਜੀ ਇੱਕ ਜਿਹੜਾ ਸੰਧਰ ਵਾਲਾ ਜੀ ਉਹ ਸ਼ਾਇਦ ਇਹਦੇ ਵਿੱਚ ਵੀ ਜਿਹੜਾ ਸ਼ਾਮਿਲ ਹੈ, ਕਿਉਂਕਿ ਸੇਮ ਨਾਮ ਹੈ ਔਰ ਸੇਮ ਏਜ ਦਾ ਜਿਹੜਾ ਜੀ ਉਹ ਵਿਅਕਤੀ ਹੈ। ਇਹ ਉਹ ਜਿਹੜੀ ਡਰੱਗ 2 ਕੁਇੰਟਲ ਜਿਹੜੀ ਕੈਨੇਡਾ ਦੇ ਵਿੱਚ ਆਹ 2 ਦਿਨ ਪਹਿਲਾਂ ਫੜੀ ਗਈ ਆ ਉਹਦੇ ਵਿੱਚ ਵੀ ਜਿਹੜਾ ਜੀ ਉਹ ਸ਼ਾਮਿਲ ਹੈ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਜੀ ਉਹ ਵਾਰ ਵਾਰ ਮੰਗ ਰਹੀ ਹੈ ਕਿ ਦੱਸੋ ਇਹਦੇ ਉੱਤੇ ਕੀ ਕਾਰਵਾਈ ਕੀਤੀ ਆ, ਪਰ ਅਜੇ ਜਿਹੜੀ ਆ ਜੀ ਇਹ ਰਿਪੋਰਟ ਸਬਮਿਟ ਨਹੀਂ ਕਰਵਾਈ ਜਾ ਰਹੀ ਹਾਈ ਕੋਰਟ। ਜੀ ਬਿਲਕੁਲ, ਪੰਜਾਬ ਨੂੰ ਕੈਲੀਫੋਰਨੀਆ ਜਾਂ ਕੈਨੇਡਾ ਵਰਗਾ ਤਾਂ ਕੀ ਬਣਾਉਣਾ ਆ, ਪਰ ਕੈਨੇਡਾ ਜਾਂ ਕੈਲੀਫੋਰਨੀਆ ਨੂੰ ਅਸੀਂ ਉਸ ਤਰ੍ਹਾਂ ਦਾ ਜ਼ਰੂਰ ਬਣਾ ਦਾਂਗੇ ਜਿਸ ਜਿਹੜੇ ਹਾਲਾਤ ਆ ਪੰਜਾਬ ਦੇ ਅਖੀਰ ਵਿੱਚ ਅੱਜ ਨਵਾਂ। ਕਿ ਸਾਵੇਂ ਦੇਖ ਕੇ ਚੋਣ ਵਿੱਚ ਹਾਰ ਹੁੰਦੀ, ਲੀਹੋਂ ਲਹਿੰਦਾ ਟਰੰਪ ਹੁਣ ਜਾਏ ਬੇਲੀ। ਸਾਵੇਂ ਦੇਖ ਕੇ ਚੋਣ ਵਿੱਚ ਹਾਰ ਹੁੰਦੀ, ਲੀਹੋਂ ਲਹਿੰਦਾ ਟਰੰਪ ਹੁਣ ਜਾਏ ਬੇਲੀ। ਉੱਧਰ ਹਾਲੇ ਹਨੇਰੀ ਨੂੰ ਫਿਕਰ ਡਾਢਾ, ਬਾਬਾ ਕਲਾ ਨਹੀਂ ਕੋਈ ਭਵਾਏ ਬੇਲੀ। ਟੱਪਦਾ ਪਿਆ ਟਰੰਪ ਹੁਣ ਕੌੜ ਖਾ ਕੇ, ਰੰਗ ਦੀ ਦੁੱਕੀ ਨਾ ਕੱਢ ਚਲਾਏ ਬੇਲੀ। ਲੱਗਦੀ ਅਜੇ ਅਗੇਤ ਤਾਂ ਬਹੁਤ ਬੇਸ਼ੱਕ, ਫਿਰ ਵੀ ਬੀਬੀ ਦੇ ਸਾਹ ਸੁਕਾਏ ਬੇਲੀ। ਚੁਣਨ ਵਾਲੇ ਅਮਰੀਕਾ ਦੇ ਲੋਕ ਲੀਡਰ, ਮੇਣਾ ਪੁਤਿਨ ਦੇ ਨੇੜ ਦਾ ਵੱਜਦਾ ਈ। ਚੁਣਨ ਵਾਲੇ ਅਮਰੀਕਾ ਦੇ ਲੋਕ ਲੀਡਰ, ਮੇਣਾ ਪੁਤਿਨ ਦੇ ਨੇੜ ਦਾ ਵੱਜਦਾ ਈ। ਕੀਤੀ ਦੋਵਾਂ ਪਈ ਜਿੱਦਾਂ ਬਿਆਨਬਾਜ਼ੀ, ਦੋਵਾਂ ਵਿੱਚੋਂ ਨਾ ਕੋਈ ਵੀ ਚੱਜਦਾ ਈ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਬੰਨੋ ਜੋ ਕਰਦੇ ਨੇ ਕੁਛ ਕੁ ਖਬਰਾਂ, ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।